ਨਿਹਾਲ ਦਾ ਕੀ ਅਰਥ ਹੁੰਦਾ ਹੈ ਪੜ੍ਹਦੇ ਤੇ ਹਾਂ ਸੁਣਦੇ ਵੀ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖੈਵੇ ਵੀ ਪਤਾ ਵੀ ਹੈ ਕਿ ਨਿਹਾਲ ਦਾ ਅਰਥ ਕੀ ਹੁੰਦਾ ਹੈ ਹਾਲ ਦਾ ਅਰਥ ਹੁੰਦਾ ਦੁੱਖ ਹਾਂ ਬਈ ਸੁਣਾ ਕੀ ਹਾਲਾ ਤੇਰਾ ਇਹੀ ਕਹਿੰਦੇ ਨਾ ਮਤਵਾਰ ਹੁਣ ਕਿਵੇਂ ਆ ਤੇਰਾ ਦੁੱਖ ਕਿੱਥੋਂ ਆਇਆ ਬਾਈ ਉਹ ਹਸਪੀਟਲ ਗਏ ਸੀ ਫਲਾਣਾ ਬੰਦਾ ਦਾਖਲ ਉਹਦਾ ਹਾਲ ਪੁੱਛ ਕੇ ਆਇਆ ਮਤਵਾਰ ਉਹਦਾ ਦੁੱਖ ਉਦਾ ਦਰਦ ਤਕਲੀਫ ਪੁੱਛ ਕੇ ਆਇਆ ਹਾਲ ਦਾ ਅਰਥ ਹੁੰਦਾ ਹੈ ਦੁੱਖ ਨੇ ਦਾ ਅਰਥ ਹੁੰਦਾ ਰਹਿਤ ਬਿਨਾ ਨੇ ਹਾਲ ਦੁੱਖਾਂ ਤੋਂ ਬਿਨਾ ਹੋ ਜਾਣਾ ਤਕਲੀਫਾਂ ਤੋਂ ਗਮਾਂ ਤੋਂ ਬਿਮਾਰੀਆਂ ਤੋਂ ਬਿਨਾ ਹੋ ਜਾਣਾ ਉਹਨੂੰ ਕਹਿੰਦੇ ਨੇ ਨਿਹਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧੂਆਂ ਦਾ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ ਨਿਹਾਲ ਦਾ ਅਰਥ ਨ ਮੁਕਤ ਹੋ ਜਾਂਦਾ ਹੈ ਜਮਾ ਦਾ ਦੁੱਖ ਨਰਕਾਂ ਦਾ ਦੁੱਖ ਜੂਨਾ ਦਾ ਦੁੱਖ ਸਾਰੇ ਦੁੱਖ ਚੱਕੇ ਜਾਂਦੇ ਨੇ ਤੋਂ ਇਹ ਕੰਮ ਕਰਨਾ ਕਿ ਸਾਧੂਆਂ ਦੀ ਕੇਵਲ ਸੰਗਤ ਕਰਨੀ ਹੈ ਸਾਧੂਆਂ ਦਾ ਦਰਸ਼ਨ ਕਰਨਾ ਐਨੇ ਨਾਲ ਹੀ ਮੁਕਤੀ ਮਿਲਦੀ ਐਨਾ ਤੇ ਸੌਖਾ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਰਸਤਾ ਬਣਾ ਕੇ ਦਿੱਤਾ ਹਾਈਵੇ ਬਣਾਤਾ ਤੁਰੇ ਚੱਲੋ ਉਹ ਪਗਡੰਡੀ ਵਾਲਾ ਰਾਹ ਨਹੀਂ ਆਹੇ ਕਿ ਇੱਕ ਔਕਟ ਘਾਟੀ राम ਕੀ ਤੇ ਚੜ ਰਿਓ ਕਬੀਰ ਇਹ ਔਕਟ ਘਾਟੀ ਨਹੀਂ ਹੈ ਤੇ ਸੌਖਾ ਰਾਹ ਹੈ ਔਕਟ ਘਾਟੀ ਤੇ ਜੋਗੀਆਂ ਵਾਸਤੇ ਤੇ ਉਹਨਾਂ ਵਾਸਤੇ ਪ੍ਰਾਣਾਯਾਮ ਕਰਨੇ ਅਰੇਚਕ ਕੁੰਭਕ ਪੂਰਕ ਇਹ ਕਰਨੇ ਜੋਗਾ ਅਭਿਆਸ ਕਰਨੇ ਜਲ ਧਾਰੇ ਕਰਨੇ ਧੂਣੇ ਤਾਪੜੇ ਇਹ ਉਹਨਾਂ ਵਾਸਤੇ ਔਕਟ ਘਾਟੀ ਹੈ ਸਾਡੇ ਵਾਸਤੇ ਨਹੀਂ ਸਾਡੇ ਵਾਸਤੇ ਤਾਂ ਗਾਡੀ ਰਾਹ ਬਣਾਇਆ ਗੁਰੂ ਸਾਹਿਬ ਜੀ ਨੇ ਕਿਵੇਂ ਬੈਠੀਏ ਬਡਨ ਕੇ ਪਾਸ ਹੋਤ ਬਡਨ ਸਿਓ ਮੇਲ ਸਭੀ ਜਾਨਤ ਬਡਤ ਹੈ ਬਿਰਖ ਛਬਰਾ ਬਰਬੇਲ ਪਰ ਕਿਸੇ ਵਿਦਵਾਨ ਕਮਿਨੇ ਲਿਖਿਆ ਗੁਰਸਿੱਖੋ ਜੇ ਬੈਠਣ ਦਾ ਸ਼ੌਂਕ ਹੈ ਬੈਠੀਏ ਬਡਨ ਕੇ ਪਾਸ ਵੱਡੇ ਲੋਕ ਵੱਡੇ ਮਹਾਪੁਰਸ਼ ਵੱਡੇ ਗੁਰੂਆਂ ਦੇ ਕੋਲ ਬੈਠਿਆ ਕਰੋ ਹੋਤ ਬਡਨ ਸਿਓ ਮੇਲ ਵੱਡਿਆਂ ਨਾਲ ਇਉਂ ਮਿਲਾਪ ਹੁੰਦਾ ਉਹਨਾਂ ਕੋਲੇ ਥੋੜਾ 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 ਬੈਠਣਾ ਸਿੱਖੋ ਸੰਗਤ ਵਿੱਚ ਆ ਕੇ 5 ਮਿੰਟ 4 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਸਿੱਖੋ ਹੌਲੀ ਹੌਲੀ ਮੇਲ ਬਣ ਜਾਂਦਾ ਵੱਡਿਆਂ ਨਾਲ ਕਿਵੇਂ ਬਣਦਾ ਹੈ ਸਬੀ ਜਾਣਤ ਬਡਤ ਹੈ ਬਿਰਖਸ਼ ਬਰਾਬਰ ਬੇਲ ਤਾਂ ਸਾਰਿਆਂ ਨੂੰ ਪਤਾ ਆਪਾਂ ਨੂੰ ਜਿਹੜੀ ਬੇਲ ਹੁੰਦੀ ਹੈ ਵ੍ਰਕਸ਼ ਦੇ ਬਰਾਬਰ ਹੋ ਜਾਂਦੀ ਹੈ ਹੁਣ ਮੰਨ ਲਓ ਕੋਈ ਦਰਖਤ ਹੈ 20 ਸਾਲ ਉਹਨੂੰ ਉਹਨਾਂ ਤਿਆਰ ਹੋਣ ਨੂੰ ਲੱਗੇ ਨੇ ਸਫੇਦੇ ਦਾ ਦਰਖਤਾ ਚਾਹੇ ਨਿੰਮ ਆ ਐਕਸ ਵਾਈ ਜ਼ेड ਕੋਈ ਵੀ ਦਰਖਤ ਹੈ ਉਹਦੇ ਨਾਲ ਤੁਸੀਂ ਜੜ ਦੇ ਵਿੱਚ ਕੋਈ ਬੀਜ ਦਿਓ ਕਦੂ ਦੀ ਜਾਂ ਕਰੇਲਿਆਂ ਦੀ ਜਾਂ ਕੋਈ ਹੋਰ ਉਹ ਬੀਜ ਨੂੰ ਤਾਂ ਨਹੀਂ 20 ਸਾਲ ਲੱਗਦੇ ਹੁਣ ਦਰਖਤ ਜਿੱਡੀ ਆਉਣ ਨੂੰ ਉਹ ਬੇਲਤਾ ਵੀ 57 ਦਿਨਾਂ ਦੇ ਵਿੱਚ ਹੀ ਦਰਖਤ ਦੀ ਚੋਟੀ ਤੇ ਜਾ ਕੇ ਸਾਰੇ ਦਰਖਤ ਨੂੰ ਅਛਾਦਨ ਕਰ ਲੈਂਦੀ ਹੈ ਟਕ ਲੈਂਦੀ ਹੈ ਨਾ ਥੋੜੇ ਦਿਨਾਂ ਦੇ ਵਿੱਚ ਹੀ ਆਏ ਗੁਰੂ ਦੇ ਸਿੱਖੋ 250 ਸਾਲ ਲੱਗੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਦਰਖਤ ਨੂੰ ਬੰਨਣ ਵਿੱਚ ਬੜੀਆਂ ਤਕਲੀਫਾਂ ਚਾਂਦਨੀ ਚੌਕ ਦੇ ਵਿੱਚ ਸੀਸ ਦੇਣਾ ਅੱਠ-ਅੱਠ ਮਹੀਨੇ ਭੁੱਖੇ ਰਹਿਣਾ ਆਨੰਦਪੁਰ ਸਾਹਿਬ ਚਾਰੇ ਸਾਹਿਬ ਜਾਦੇ ਵਾਰਨੇ ਮਾਛੀਵਾੜੇ ਦੇ ਜੰਗਲਾਂ ਠੰਡੀ ਧਰਤੀ ਤੇ ਸੌਣਾ ਤੱਤਿਆਂ ਤਵੀਆਂ ਤੇ ਜੇਠ ਹਾਰ ਦੇ ਰੁੱਤ 'ਚ ਬੈਠਣਾ ਐਨਾ ਦੁੱਖ ਐਨੀਆਂ ਤਕਲੀਫਾਂ ਸਹਾਰ ਕੇ 250 ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ ਨੇ ਐ ਵਿਸ਼ਾਲ ਦਰਖਤ ਤੇ ਆਪਾਂ ਕੌਣਾ ਬੇਲ ਦੇ ਵਾਂਗਾ ਬੇਲ ਦਾ ਇੱਕ ਹੋਰ ਵੀ ਸੁਭਾਅ ਹੁੰਦਾ ਹੈ ਜੇ ਤਾਂ ਬੇਲ ਨੂੰ ਪਹਿਲਾਂ ਜਦੋਂ ਬੇਲ ਪੁੰਗਰਦੀ ਹੈ ਨਾ ਕੁਦਰਤੀ ਉਹਦਾ ਉਹਦਾ ਜਿਹੜਾ ਮੂੰਹ ਹੁੰਦਾ ਨਾ ਔਰਾ ਉਹ ਇਧਰ ਖੱਬੇ ਸੱਜੇ ਆਪਣੀ ਅੱਖਾਂ ਘੁਮਾਉਂਦੀ ਆ ਕਿ ਕੋਈ ਮਿਲੇ ਨੇੜੇ ਤੇੜੇ ਕੋਈ ਥਮਲਾ ਕੋਈ ਦਰਖਤ ਕੋਈ ਕੰਧ ਉਹਦੇ ਧਾਇਰੇ ਵਿੱਚ ਜੇ ਕੋਈ ਚੀਜ਼ ਹੈ ਤਾਂ ਉਹਦਾਂ ਨੂੰ ਤੁਰ ਪੈਂਦੀ ਆ ਜੇ ਨਾ ਉਹਦੇ ਦਾਰੇ ਚ ਹੋਏ ਨਾ ਫਿਰ ਔਰੰਗੇ ਦੀ ਖੱਬੇ ਸਜੇ ਜੇ ਉਹਦੇ ਨੇੜੇ ਕੋਈ ਖੱਡਾ ਖੂ ਹੋਵੇ ਉਹ ਉਹ ਚ ਤੁਰ ਪੈਂਦੀ ਉਹ ਬੰਦਾ ਵੀ ਤੇਵੇਂ ਹੀ ਹੈ ਬੇਲ ਦੇ ਵਾਂਗ ਜੇ ਬੰਦੇ ਨੂੰ ਸ਼ਰਾਬੀ ਕਬਾਬੀ ਲੁਚੀਆਂ ਦੀ ਸੰਗਤ ਮਿਲ ਜੇ ਤੇ ਇਹ ਵੀ ਥੋੜੇ ਦਿਨਾਂ ਦੇ ਵਿੱਚ ਹੀ ਸ਼ਰਾਬੀ ਕਬਾਬੀ ਬਣ ਜੋ ਜੈਸੀ ਸੰਗਤ ਮਿਲੇ ਸੋਤੇ ਸੋਫਲ ਖਾਏ ਥੋੜੇ ਦਿਨਾਂ ਦੇ ਵਿੱਚ ਵਿਗੜ ਜਾਂਦਾ ਹੈ ਬੰਦਾ ਜੇ ਬੰਦੇ ਨੂੰ ਨਾ ਚੰਗੀ ਸੰਗਤ ਮਿਲੇ ਨਾ ਮਾੜੀ ਮਿਲੇ ਤੇ ਕਈ ਇਹ ਜੇ ਲੋਕ ਵੀ ਹਨ ਸਾਧਾਰਨ ਜੀਵਨ ਲਓ ਜੀ ਆਪਾਂ ਤਾਂ ਨਾ ਕਿਸੇ ਦੇ ਚੰਗੇ 'ਚ ਨਾ ਕਿਸੇ ਦੇ ਮਾੜੇ 'ਚ ਗੁਰਦਾਰੇ ਜਾਇਆ ਕਰ ਭਾਈ ਲੈ ਗੁਰਦਾਰੇ ਕੀ ਕਰਨਾ ਜਾ ਕੇ ਆਪਾਂ ਤਾਂ ਸਵੇਰੇ ਉੱਠਦੇ ਆਂ ਨਹਾ ਤੋ ਕੇ ਆਪਦੇ ਕੰਮ ਤੇ ਜਾਈਦਾ ਸ਼ਾਮ ਨੂੰ ਘਰੇ ਆਈਦਾ ਰੋਟੀ ਖਾ ਕੇ ਸੌਂ ਜਾਂਦਾ ਉਹ ਨਾ ਕਿਸੇ ਦੀ ਚੰਗੇ 'ਚ ਨਾ ਕਿਸੇ ਦੇ ਮਾੜੇ 'ਚ ਨਾ ਉਹ ਖੂਚ ਗਏ ਨਾ ਉਹਨਾਂ ਨੂੰ ਕੋਈ درخت ਮਿਲਿਆ ਉਹ ਆਮ ਜਿਹਾ ਸਾਧਾਰਨ ਜਿਹਾ ਜਿਵੇਂ ਧਰਤੀ ਤੇ ਰਿੰਗਦੀ ਇਹ ਨਾ ਬੇਲ ਆਏ ਜੀਵਨ ਕਈਆਂ ਦਾ ਹੈ ਤੇ ਜੇ ਦਰਖਤ ਮਿਲ ਜੇ ਜਿਵੇਂ ਆਪ ਸੰਗਤਾਂ ਨੂੰ ਮਿਲੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਵੱਡੇ ਮਹਾਪੁਰਸ਼ਾਂ ਦੀ ਸੰਗਤ ਥੋੜੇ ਦਿਨਾਂ ਦੇ ਵਿੱਚ ਹੀ ਹੁਣ ਦੇਖੋ ਨਵੇਂ ਪਾਤਸ਼ਾਹ ਦੀ ਸੰਗਤ ਕੀਤੀ ਨਾ ਭਾਈ ਮਤੀ ਦਾਸ ਪਈ ਸਤੀ ਦਾਸ ਪਈ ਦਿਆਲਾ ਜੀ ਨੇ ਔਰ ਨੌਵੇਂ ਪਾਸ਼ਾ ਨੂੰ ਤਾਂ ਗੁਰਤਾ ਗੱਦੀ ਮਿਲੀ ਸੀ ਕਮਾਈਆਂ ਕੀਤੀਆਂ ਸੀ ਕਿੰਨੇ ਭੋਰੇ ਚ 26 ਸਾਲ ਰਹਿ ਕੇ ਜਬ ਤੱਕ ਕੀ ਤਾਂ ਭਈ ਮਤੀ ਦਾ ਸਤੀ ਦਾ ਪਿਧਿਆਲਾ ਜੀ ਨੇ ਤਾਂ ਨਹੀਂ 26 ਸਾਲ ਰਬ ਤੱਕ ਕੀਤੇ ਬਰਾਬਰ ਦੇਖੋ ਫਿਰ ਆਪਣੀ ਜੈ ਨੌਵੇਂ ਪਾਸ਼ਾ ਨੇ ਸੀਸ ਦਾ ਬਲੀਦਾਨ ਦਿੱਤਾ ਤੇ ਇਹਨਾਂ ਨੇ ਵੀ ਫਿਰ ਦੇਗੇ ਚ ਉਬਾਲੇ ਖਾਦੇ ਆਰੇ ਨਾਲ ਚਰਵਾਏ ਰੂੰਚ ਲਪੇਟ ਕੇ ਅੱਗਾ ਲਵਾਇਆ ਬਰਾਬਰ ਹੋ ਨਿਭੜੇ ਨਾ ਥੋੜੇ ਦਿਨਾਂ ਦੇ ਸਰਬ ਸੰਗਤ ਦਾ ਐਨਾ ਅਸਰ ਹੈ ਕਿਸੇ ਦਰਖਤ ਨੂੰ 20 ਸਾਲ ਲੱਗਦੇ ਨੇ ਕੰਪਲੀਟ ਹੋਣ ਦੇ ਵਿੱਚ ਬੇਲ ਨੂੰ 20 ਸਾਲ ਨਹੀਂ ਲੱਗਦੇ ਉਹ 57 ਦਿਨਾਂ ਚ ਉੱਥੇ ਪਹੁੰਚ ਜਾਂਦੀ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ಅಪਾਰ ਕਿਰਪਾ ਕੀਤੀ ਸਾਡੇ ਤੇ ਸਾਡਾ ਜੀਵਨ ਸਾਡਾ ਦਿਲ ਸਾਡਾ ਮਨ ਬੇਲ ਵਾਂਗ ਹੈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕਰੀਏ ਨੂੰ ਮਹਾਪੁਰਸ਼ਾਂ ਦੇ ਨੇੜੇ ਕਰੀਏ ਮਹਾਪੁਰਸ਼ਾਂ ਦੇ ਚਰਨਾਂ ਦੇ ਨਾਲ ਜੁੜੇ ਇਹਨਾਂ ਦੇ ਬਰਾਬਰ ਹੋ ਜਾਵਾਂਗੇ ਸਾ ਮਾਘ ਮੱਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਸਾਧੂਆਂ ਦੀ ਸੰਗਤ ਗੁਰਬਾਣੀ ਦਾ ਇਸ਼ਨਾਨ ਕਥਾ ਕੀਰਤਨ ਦਾ ਇਸ਼ਨਾਨ ਆਪਣੇ ਮਨ ਨੂੰ ਕਰਾਉਣਾ ਹੋਰ ਕੀ ਕਰਨਾ ਮਹਾਰਾਜ ਕਿਵੇਂ ਤਿਉਹਾਰ ਮਨਾਈਏ ਅਸੀਂ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰ ਦਾਨ ਭਈ ਇੱਕ ਕੰਮ ਇਹ ਵੀ ਕਰੀ ਕਿਉ ਸਾਧੂਆਂ ਦੇ ਕੋਲ ਤੂੰ ਬੈਠਣਾ ਹੈ ਸਾਧੂਆਂ ਦੀ ਸੰਗਤ ਕਰਨੀ ਹੈ ਤੇ ਉੱਥੇ ਬਹਿ ਕੇ ਇਹ ਕੰਮ ਕਰੀ ਸਾਧੂ ਜਿਹੜੇ ਨਾਮ ਜਪਦੇ ਨੇ ਨਾ ਉਹ ਨਾਮ ਨੂੰ ਤੂੰ ਧਿਆਨ ਨਾਲ ਸੁਣੀ ਆ ਜਬਲੀਆਂ ਨਾ ਮਾਰੀਆਂ ਆਪਣੀਆਂ ਇੱਧਰ-ਉੱਧਰ ਬੈਠਾ ਜਾਂਦਾ ਉੱਧਰ ਦਾ ਝਾਕਦਾ ਰਹੀਂ ਜਾ ਮਨ ਦੇ ਵਿੱਚ ਕੋਈ ਹੋਰ ਫੁਰਨਾ ਰੱਖੀ ਕਬੀਰ ਸਾਧੂ ਕੋ ਮਿਲਣ ਜਾਈਐ ਸਾਥ ਨਾਲੀ ਜੈ ਕੋਏ ਸਾਥ ਨਾਲੀ ਜੈ ਕੋਏ ਦਾ ਅਰਥ ਇਹ ਨਹੀਂ ਹੈ ਕਿ ਕਿਸੇ ਨੂੰ ਨਾਲ ਨਹੀਂ ਲੈ ਕੇ ਇਕੱਲੇ ਆ ਮਾਹੌਲ ਬੜਾ ਖਰਾਬਾ ਹੁਣ ਇਹ ਨਹੀਂ ਪਤਾ ਕਿਤੇ ਮਾਰ ਕੇ ਸੜ ਦੇਣ ਦੇਖਦੇ ਆ ਭਈਆ ਰੋਜ਼ ਆਪਣਾ ਕਿਵੇਂ ਇਲਾਕਾ ਕੀ ਹੋਇਆ ਪਿਆ ਇਹਦਾ ਇਹ ਮਤਬਾ ਨਹੀਂ ਨਾਲ ਲਿਆਇਆ ਕਰੋ ਕਿਸੇ ਨੂੰ ਪੰਜ ਚਾਰ ਸਤਸੰਗਿਆਂ ਨੂੰ ਜੋੜਿਆ ਕਰੋ ਸਾਥ ਨਾ ਲੀਜੈ ਕੋਏ ਇਹਦਾ ਅਰਥ ਇਹ ਹੈ ਕਿ ਜਦੋਂ ਵੀ ਸਾਧੂ ਨੂੰ ਮਿਲਣ ਜਾਓ ਆਪਣੇ ਮਨ ਵਿੱਚ ਕੋਈ ਵਾਸ਼ਨਾ ਕੋਈ ਕਾਮਨਾ ਕੋਈ ਡਿਮਾਂਡ ਕੋਈ ਮੰਗ ਲੈ ਕੇ ਨਾ ਜਾਓ ਸਾਥ ਨਾ ਲੀਜੈ ਕੋਏ ਇਹ ਨਹੀਂ ਕਿ ਮਹਾਪ੍ਰਸਾਦ ਨੂੰ ਇੱਕ ਕਦਮ ਤੁਰੇ ਦਰ ਨੂੰ ਤੇ ਹਜ਼ਾਰਾਂ ਮੰਗਾ ਝੋਲਾ ਭਰ ਲਿਆ ਆ ਵੀ ਮੰਗ ਲਈ ਆ ਵੀ ਮੰਗ ਲਈ ਢੇਲੀ ਰੱਖ ਕੇ ਹਵੇਲੀ ਮੰਗ ਲਾਂਗੇ ਨਾ ਸਾਥ ਨਾ ਲੀਜੇ ਖਾਲੀ ਮਨ ਨਿਊਟਰਲ ਹੋ ਕੇ ਜਾਇਆ ਕਰੋ ਕੋਈ ਮੰਗ ਨਾ ਰੱਖਿਆ ਕਰੋ ਮਨ ਨੂੰ ਖਾਲੀ ਬੇਫਿਕਰਾ ਬਣਾ ਕੇ ਸਾਧੂਆਂ ਦੇ ਮੁਖੋਂ ਜਿਹੜੇ ਮੰਤਰ ਉਚਾਰਨ ਹੋਣ ਹਨ ਹਰਿ ਕਾ ਨਾਮ ਧਿਆਏ ਸੁਣ ਧਿਆਏ ਸੁਣ ਦਾ ਅਰਥ ਹੈ ਨਾਮ ਨੂੰ ਧਿਆਤਾਕਾਰ ਵਰਤੀ ਦੇ ਦੁਆਰਾ ਸੁਣੀ ਕਿ 19 ਤਰਪੁਟੀਆਂ ਵੇਦ ਸ਼ਾਸਤਰਾਂ ਵਿੱਚ ਲਿਖਿਆ ਨੇ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਕਰਤਾ ਕਰਮ ਕਰੇ ਪਰਮਾਤਾ ਪ੍ਰਮਾਨ ਪਰਮੇ ਇਹ ਤ੍ਰਪਟੀਆਂ ਨੂੰ ਵਿੰਨ ਕੇ ਧਿਆਤਾ ਹੁੰਦਾ ਸਰੀਰ ਤੇ ਹੁੰਦੀ ਵਸਤੂ ਧਿਆਨ ਹੁੰਦਾ ਜਿਹੜੇ ਸਾਡੇ ਅੱਖਾਂ ਤੋਂ ਬਾਹਰ ਨਿਕਲ ਕੇ ਕਿਸੇ ਚੀਜ਼ ਦੇ ਆਕਾਰ ਨੂੰ ਗ੍ਰਹਿਣ ਕਰਕੇ ਉਹ ਅੱਖਾਂ ਦੀ ਬ੍ਰਿਤੀ ਵਾਪਸ ਆ ਕੇ ਮਨ ਨੂੰ ਜਾ ਕੇ ਦੱਸਦੀ ਹੈ ਫਿਰ ਮਨ ਬੁੱਧੀ ਨੂੰ ਦੱਸਦਾ ਬੁੱਧੀ ਫਿਰ ਕਨਫਰਮ ਕਰਦੀ ਹੈ ਨਿਸ਼ਚਾ ਕਰ ਦੇ ਕਿ ਇਹ ਆ ਚੀਜ਼ ਪਈ ਆ ਸਾਹਮਣੇ ਇਹਨੂੰ ਧਿਆਤਾ ਧਿਆਨ ਧੀ ਕਹਿੰਦੇ ਨੇ ਇਹਨਾਂ ਨੂੰ ਹਟਾ ਕੇ ਹਰ ਕਾ ਨਾਮ ਧਿਆਏ ਸੁਣ ਧਿਆਨ ਦੇ ਨਾਲ ਨਾਮ ਨੂੰ ਸੁਣਿਆ ਕਰੋ ਫਿਰ ਕਿ ਉਹਨਾਂ ਸਭ ਨਾਮ ਨੂੰ ਕਰ ਦਾਨ ਫਿਰ ਜਿਹੜਾ ਨਾਮ ਤੁਸੀਂ ਸੁਣਿਆ ਨਾ ਉਹ ਨਾਮ ਅੱਗੇ ਫਿਰ ਦਾਨ ਕਰਿਆ ਕਰੋ ਜਾਂ ਜੇ ਸਾਡੇ ਕੋਲੇ ਧਨ ਦੌਲਤ ਪਰਮਾਤਮਾ ਨੇ ਦਿੱਤੀਆਂ ਉਹ দান ਕਰਿਆ ਕਰੋ ਆ ਮਾਗਮਿਨੇ ਚ ਦਾਨ ਹੋਊਗਾ ਨਾ ਦਾਨ ਕਰਨ ਦੀ ਵਿਧੀ ਕੀ ਹੈ ਸਾਰ ਕਿਤਾਬ ਲਈ ਗ੍ਰੰਥ ਵਿੱਚ ਪੰਡਤ ਹਰਦਿਆਲ ਜੀ ਨੇ ਵਿਧੀ ਲਿਖੀ ਹੈ ਅੰਨ ਪਟਾਦ ਅਨਾਥਨ ਕੋ ਦ્વੈ ਕਰ ਜੋਰ ਦੇ ਪੁਨ ਟੇਰੇ ਖਾਏ ਹੰਡਾਏ ਧਿਆਏ ਹਰੀ ਚਿਰ ਜੀਵੋ ਜੇ ਤੁਮ ਬਾਂਧਵ ਮੇਰੇ ਤਾਸ ਅਸੀਸ ਸਤਿ ਜਗਦੀਸ਼ ਕਰੇ ਮਨ ਸੁਧ ਸੋ ਸਾਂਝ ਸਵੇਰ ਇਹ ਤਰੀਕਾ ਹੈ ਤੁਹਾਡੇ ਕੋਲੇ ਅੰਨ ਕੱਪੜੇ ਜੋ ਵੀ ਹੈ ਉਹ ਅਨਾਥ ਗਰੀਬਾਂ ਨੂੰ ਲੋੜਵੰਦਾਂ ਨੂੰ ਦਿਆ ਕਰੋ ਐਵੇਂ ਨਾ ਭਰ-ਪਰ ਕੇ ਸਿੱਟੋ ਅਗ ਦੇ ਵਿੱਚ ਰੇਵੜੀਆਂ ਮੂਫਲੇ ਕਿਸੇ ਦੇ ਮੂੰਹ ਚ ਪਾਓ ਫਿਰ ਉਹਨੂੰ ਬੇਨਤੀਆਂ ਕਰੋ ਕਿ ਪੁਰਖਾ ਤੂੰ ਇਹ ਕੱਪੜੇ ਪੈਣ ਅੰਨ ਖਾ ਤੇ ਧਿਆਏ ਹਰੀ ਤੇ ਰੱਬ ਨੂੰ ਧਿਆਉਣਾ ਕਰ ਤੇ ਮੇਰਾ ਦਿੱਤਾ ਹੋਇਆ ਦਾਨ ਵੀ ਤੈਨੂੰ ਸਫਲਾ ਹੋਵੇ ਲੋੜਵੰਦ ਨੂੰ ਦਾਨ ਦਿਓ ਇਹ ਨਾ ਕਿ ਤੁਸੀਂ ਕਿਸੇ ਨੂੰ 100 ਰੁਪਏ ਦੇਤਾ ਤੇ ਅਗਲੇ ਨੇ ਪੀ ਕੇ ਸ਼ਰਾਬ ਜਾ ਕੇ ਘਰੇ ਬੱਚਿਆਂ ਨੂੰ ਕੁੱਟਿਆ ਤੇ ਘਰ ਵਾਲੀ ਨੇ ਕਹਿਤਾ ਅਗਰ ਰੱਬ ਉਹਦਾ ਬੇੜਾ ਘਰ ਕਗਾ ਜਿਹੜੇ ਨੂੰ ਸ਼ਰਾਬ ਪੀਣੋਂ ਪੈਸੇ ਦੇਂਦੇ ਨੇ ਦੱਸੋ ਕਿੱਥੇ ਤੁਹਾਡਾ ਦਾਨ ਗਿਆ ਜਿੱਥੇ ਬੰਦਾ ਬਾਣੀ ਪੜਨ ਵਾਲਾ ਲੋੜਵੰਦ ਹੋਵੇ ਉਹਨੂੰ ਦਾਨ ਦੇਣਾ ਫਲੇ ਭੂਤ ਹੁੰਦਾ ਹੈ ਸੋ ਇਸ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਨ ਇਸ ਮੰਤਵ ਨੂੰ ਮੁੱਖ ਰੱਖ ਕੇ ਇਸ ਸਿਧਾਂਤ ਤੇ ਪੈਰਾ ਦੇ ਕੇ ਆਪਾਂ ਨੇ ਇਉ ਸਾਰਾ ਮਾਗ ਦਾ ਮਹੀਨਾ ਸਤ ਸੰਗਤ ਕਰਕੇ ਧੂੜੀ ਵਿੱਚ ਇਸ਼ਨਾਨ ਕਰਕੇ ਜਪ ਤਪ ਕਰਕੇ ਨਾਮ ਜਪ ਕੇ ਇਹ ਚੀਜ਼ ਦਾ ਦਾਨ ਕਰਕੇ ਸਾਰਾ ਮਹੀਨਾ ਸਫਲਾ ਕਰਨਾ ਹੈ ਇਉ ਅਸੀਂ ਆਪਣਾ ਸਾਰਾ ਜੀਵਨ ਸਫਲਾ ਕਰਨਾ ਹੈ ਸਤ ਗੁਰੂ ਜੀ ਕਿਰਪਾ ਕਰਨ ਐਸੀ ਸਿੱਖਿਆ ਸਾਡੇ ਹਿਰਦੇ ਚ ਵੱਸ ਜਾਵੇ ਜਿਸ ਨੂੰ ਪੜ ਸੁਣ ਉਪਮਾ ਕੇ ਨਿਹਾਲ ਹੋਈਏ ਦਾਸ ਕੋਲੋਂ ਹੂੰਆਂ ਬੇਅੰਤ ਗਲਤੀਆਂ ਦੀ ਸੰਗਤ ਨੇ ਖਿਮਾ ਕਰਨੀ ਇੰਨੇ ਕੋ ਹਾਜ਼ਰੀ ਸੇਵਾ ਦਾਸ ਦੇ ਪ੍ਰਵਾਣ ਕਰਨੀ ਗਾਜ ਵਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ